ਵੀਅਤਨਾਮ ਸਰ ਕੋਮਲਪ੍ਰੀਤ ਕੌਰ ਹੈ ਜੀ ਜਿਹੜੀ ਤੁਸੀਂ ਅੱਜ ਪੂਰੇ ਪੰਜਾਬ ਦੇ ਵਿੱਚ ਤੀਜੇ ਨੰਬਰ ਤੇ ਇਸਤਰੀ ਕਿਰਮ ਗੀਤ ਕਰ ਰਹੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਸਰ ਬਹੁਤ ਖੁਸ਼ੀ ਹੋ ਰਹੀ ਹੈ ਜੀ ਮੈਨੂੰ ਕਦੋਂ ਤੋਂ ਸਕੂਲ ਤੋਂ ਪੜਨ ਲੱਗੇ ਸੀ ਕਿਹੜੀ ਕਲਾਸ ਤੋਂ ਸੈਕਿੰਡ ਕਲਾਸ ਲੱਗੀ ਸਰ ਮੈਂ ਸਕੂਲ ਦੇ ਵਿੱਚ ਜੀ ਇਹ ਅੱਜ ਕਿਸ ਤਰੀਕੇ ਦੀ ਪੜ੍ਹਾਈ ਹੁੰਦੀ ਸਕੂਲ ਦੇ ਵਿੱਚ ਅੱਜ ਦਾ ਨਾਮ ਰੋਸ਼ਨ ਕੀਤਾ ਬਹੁਤ ਵਧੀਆ ਪੜ੍ਹਾਈ ਹੁੰਦੀ ਹੈ ਸਰ ਬਹੁਤ ਐਫੀਸ਼ੀਐਂਟ ਟੀਚਰ ਰੱਖੇ ਹੋਏ ਆ ਸਾਡੇ ਸਕੂਲ ਵਾਲਿਆਂ ਨੇ ਜੀ ਘਰ ਦੇ ਵਿੱਚ ਵੀ ਬੈਠ ਕੇ ਪੜ੍ਹਦੇ ਸੀ ਹਾਂਜੀ ਸਰ ਮੈਂ ਸੈਲਫ ਸਟੱਡੀ ਕਰਦੀ ਸੀ ਘਰੇ ਜਿਹੜੀ ਰੁਚੀ ਸੀ ਛੋਟੇ ਉਮਰ ਤੋਂ ਹੀ ਸੀ ਹਾਂਜੀ ਛੋਟੇ ਹੁੰਦੇ ਤੋਂ ਹੀ ਸੀ ਜੀ ਕਦੋਂ ਪਤਾ ਲੱਗਿਆ ਤੁਹਾਨੂੰ ਤੁਸੀਂ ਅੱਜ ਪੰਜਾਬ ਦੇ ਵਿੱਚ ਪੂਰੇ ਸਰ ਮੇਰੇ ਪ੍ਰਿੰਸੀਪਲ ਸਰ ਦਾ ਕਾਲ ਆਇਆ ਸੀ ਜੀ ਸਾਨੂੰ ਉਹਨਾਂ ਤੋਂ ਪਤਾ ਲੱਗਿਆ ਵੀ ਮੇਰੀ ਥਰਡ ਪੋਜੀਸ਼ਨ ਆਈ ਆ ਰਿਸ਼ਤੇਦਾਰਾਂ ਨੂੰ ਪਤਾ ਲੱਗ ਚੁੱਕਿਆ ਹੁਣ ਹਾਂਜੀ ਕਿੰਨੀਆਂ ਕੁ ਵਧਾਈਆਂ ਆ ਰਹੀਆਂ ਉਹਨਾਂ ਨੂੰ ਬਹੁਤ ਵਧਾਈਆਂ ਆ ਰਹੀਆਂ ਸਰ ਅੱਜ ਪੂਰੇ ਪੰਜਾਬ ਦਾ ਤੇ ਪੂਰੇ ਕਹੀਏ ਹਲਕੇ ਦਾ ਪਿੰਡ ਦਾ ਨਾਮ ਰੋਸ਼ਨ ਕੀਤਾ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਸਰ ਬਹੁਤ ਖੁਸ਼ੀ ਹੋ ਰਹੀ ਹੈ ਜੀ ਅੱਗੇ ਕਿਹੋ ਜਿਹੀ ਰੁਚੀ ਹੈ ਤੁਹਾਡੀ ਪੜ੍ਹਾਈ ਨੂੰ ਲੈ ਕੇ ਕੀ ਬਣਨਾ ਚਾਹੁੰਦੇ ਅੱਗੇ ਸਰ ਮੈਂ ਡਾਕਟਰ ਬਣਨਾ ਚਾਹੁੰਦੀ ਹਾਂ ਮੈਂ ਮੈਡੀਕਲ ਸਟ੍ਰੀਮ ਲੈਣੀ ਹੈ ਜੀ ਅਤੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਪੜ੍ਹਾਈ ਦੇ ਲਈ ਵੀ ਕੀ ਪ੍ਰਬੰਧ ਕੀਤੇ ਜਾਣ ਸਰ ਮੈਂ ਕਹਿਣਾ ਚਾਹੁੰਦੀ ਹਾਂ ਵੀ ਹਰ ਇੱਕ ਸਕੂਲ ਦੇ ਵਿੱਚ ਬਹੁਤ ਐਫੀਸ਼ੀਐਂਟ ਟੀਚਰ ਰੱਖੀ ਜਾਣ ਲਾਇਬ੍ਰੇਰੀ ਹੋਣ ਕੰਪਿਊਟਰ ਲੈਬ ਹੋਣ ਸਾਰਾ ਸਿਸਟਮ ਵਧੀਆ ਹੋਵੇ ਜੀ ਮਹਿੰਦਰ ਕੌਰ ਜੀ ਅੱਜ ਤੁਹਾਡੀ ਬੇਟੀ ਹੈ ਜਿਹੜੀ ਪੂਰੇ ਪੰਜਾਬ ਦੇ ਵਿੱਚੋਂ ਤੀਜੇ ਨੰਬਰ 'ਤੇ ਹੈ ਕਿਵੇਂ ਲੱਗ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਜੀ ਅਸੀਂ ਬਹੁਤ ਖੁਸ਼ ਹਾਂ ਜੀ ਸਾਨੂੰ ਬਹੁਤ ਮਾਣ ਹੈ ਆਪਣੀ ਬੱਚੀ 'ਤੇ ਜੀ ਅੱਜ ਪੂਰੇ ਪੰਜਾਬ ਸੰਗਰੂਰ ਜ਼ਿਲ੍ਹੇ ਦਾ ਅਤੇ ਹਲਕੇ ਦਾ ਨਾਮ ਉੱਚਾ ਕੀਤਾ ਗੁਰੀਆ ਨੇ ਜੀ ਅਸੀਂ ਬਹੁਤ ਖੁਸ਼ ਹਾਂ ਜੀ ਪੂਰੇ ਪਿੰਡ ਨੂੰ ਅਤੇ ਪੂਰੇ ਸਭ ਨੂੰ ਸਾਨੂੰ ਪੂਰਾ ਮਾਣ ਹੈ ਜੀ ਆਪਦੀ ਬੱਚੀ 'ਤੇ ਘਰ ਦੇ ਵਿੱਚ ਵੀ ਰੁਚੀ ਸੀ ਗੁੜੀਆ ਦੀ ਪੜ੍ਹਾਈ ਜੀ ਹਾਂਜੀ ਹਾਂਜੀ ਛੋਟੀ ਹੁੰਦੀ ਤਾਂ ਬਹੁਤ ਰੁਚੀ ਸੀ ਜੀ ਗੁੜੀਆ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ ਜੀ ਘਰ ਦੇ ਵਿੱਚ ਬੈਠ ਕੇ ਗੁੜੀਆ ਪੜ੍ਹਦੀ ਸਰ ਹਾਂਜੀ ਹਾਂਜੀ ਘਰ ਦੇ ਵਿੱਚ ਹੀ ਬਹਿ ਕੇ ਪੜ੍ਹਦੇ ਸੀ ਕਦੋਂ ਪਤਾ ਲੱਗਿਆ ਤੁਹਾਨੂੰ ਵੀ ਗੁੜੀਆ ਆਪਣੀ ਜਿਹੜੀ ਪੰਜਾਬ ਦੇ ਵਿੱਚ ਤੀਜੇ ਨੰਬਰ 'ਤੇ ਹੈ ਜੀ ਸਾਨੂੰ 1 ਵਜੇ ਪਤਾ ਲੱਗਿਆ ਜੀ ਸਾਨੂੰ ਬਹੁਤ ਖੁਸ਼ੀ ਹੋਈ ਜੀ ਮੈਂ ਬਹੁਤ ਖੁਸ਼ ਹਾਂ ਜੀ ਅੱਗੇ ਗੁੜੀ ਪੜ੍ਹਾਈ ਵਿੱਚ ਕੀ ਬਣਨਾ ਚਾਹੁੰਦੀ ਹੈ ਪੜ੍ਹ ਕੇ ਜੀ ਇਹ ਇੱਕ ਡਾਕਟਰ ਬਣਨਾ ਚਾਹੁੰਦੀ ਹੈ ਜੀ ਮੈਡੀਕਲ ਕਰਨਾ ਚਾਹੁੰਦੀ ਹੈ ਜੀ ਅਤੇ ਅੱਗੇ ਪੜ੍ਹਾਉਂਗੇ ਗੁੜੀਆਂ ਨੂੰ ਹਾਂਜੀ ਹਾਂਜੀ ਪੜ੍ਹਾਵਾਂਗੇ ਜੀ ਰਿਸ਼ਤੇਦਾਰਾਂ ਵਗੈਰਾ ਵੀ ਫੋਨ ਆ ਰਹੇ ਹੋਣਗੇ ਹਾਂਜੀ ਹਾਂਜੀ ਸਭ ਦੇ ਫੋਨ ਆ ਰਹੇ ਨੇ ਜੀ ਰਿਸ਼ਤੇਦਾਰਾਂ ਦੇ ਜੀ ਪਿੰਡ 'ਚੋਂ ਜੀ ਸਭ ਦੇ ਫੋਨ ਆ ਰਹੇ ਨੇ ਅਤੇ ਸਕੂਲ ਦੀ ਬੱਚੀ ਜਿਹੜੀ ਥਰਡ ਆਈ ਹੈ ਜੀ ਕਦੋਂ ਤੁਹਾਡੇ ਲੈਵਲ ਸਕੂਲ 'ਚ ਆਈ ਸੀ ਕਿਹੜੀ ਕਲਾਸ 'ਚ ਆਈ ਸੀ ਸੈਕਿੰਡ ਕਲਾਸ ਦੇ ਵਿੱਚ ਮੇਰੇ ਕੋਲ ਆਈ ਸੀ ਆਪਣਾ ਕੋਮਲਦੀਪ ਕੌਰ ਡਾਕਟਰ ਅਫਤਰ ਸੇਮ ਸਿੰਘ ਪਿੰਡ ਘੋੜੇ ਨਾਲ ਡਿਸਟ੍ਰਿਕਟ ਸੰਗਰੂਰ ਬਾਹਲੀ ਸਿਆਣੀ ਕੁੜੀ ਸੀ ਇਹ ਬਹੁਤ ਵਧੀਆ ਤਰੀਕੇ ਨਾਲ ਪੜ੍ਹਦੀ ਸੀ ਘਰ ਵੀ ਤੁਸੀਂ ਗਏ ਹੋਣੇ ਮਤਲਬ ਕੋਈ ਐਸਾ ਨਹੀਂ ਹੈਗਾ ਸਿਸਟਮ ਕੋਈ ਵੀ ਵੱਖਰਾ ਕੋਈ ਸਟੱਡੀ ਰੂਮ ਹੋਵੇ ਠੀਕ ਹੈ ਵੀ ਬੜੀ ਮਿਹਨਤ ਕਰੀ ਹੈ ਗੁੜੀਆਂ ਨੇ ਸਕੂਲ 'ਚ ਵੀ ਬੜੀ ਮਿਹਨਤ ਕਰਦੀ ਸੀ ਯਾਰ ਬੜੀ ਆਗਿਆਕਾਰ ਲੜਕੀ ਸੀ ਪੇਰੈਂਟਸ ਵੀ ਅਨਪੜ੍ਹਨੇ ਲਗਭਗ ਅਤੇ ਬਹੁਤ ਸਿਆਣੀ ਕੁੜੀ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਨਾਮ ਤੁਹਾਡੇ ਸਕੂਲ ਦਾ ਜਾਂ ਜ਼ਿਲ੍ਹੇ ਦਾ ਰੋਸ਼ਨ ਕੀਤੇ ਕਿਵੇਂ ਲੱਗ ਰਿਹਾ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਜੀ ਬਹੁਤ ਖੁਸ਼ੀ ਹੈ ਵੀ ਸਾਡੇ ਏਰੀਏ ਦਾ ਸਾਡੇ ਪਿੰਡ ਦਾ ਡਿਸਟ੍ਰਿਕਟ ਸੰਗਰੂਰ ਦਾ ਨਾਂ ਰੋਸ਼ਨ ਕਰਿਆ ਬੇਟੀ ਨੇ ਅਤੇ ਸਾਡੇ ਸਕੂਲ ਦਾ ਸਟਾਫ ਹੈ ਜਿਹੜਾ ਬੜਾ ਮਿਹਨਤੀ ਅਤੇ ਨੋਰਮਲ ਜਿਹੀਆਂ ਫੀਸਾਂ ਨੇ ਸਾਡੀਆਂ ਬਿਲਕੁਲ ਅੱਜ ਲੱਗ ਰਿਹਾ ਵੀ ਮਿਹਨਤ ਰੰਗ ਲਈ ਵਾਹ ਬਿਲਕੁਲ ਜੀ ਬਿਲਕੁਲ ਪਹਿਲਾਂ ਵੀ ਸਾਡੇ ਬੱਚੇ ਜਿਹੜੇ ਜੋਬ ਕੋਈ ਆਉਂਦੀ ਹੈ ਕੋਈ ਪੋਸਟਾਂ ਆਉਂਦੀਆਂ ਨੇ ਉਹਦੇ ਵਿੱਚ 3-4 ਬੱਚੇ ਆਪਣੇ ਸਕੂਲ ਦੇ ਹੁੰਦੇ ਨੇ ਪਿੱਛੇ ਪੋਸਟਾਂ ਆਈਆਂ ਨੇ ਆਪਣਾ ਪੁਲਿਸ ਪੰਜਾਬ ਪੁਲਿਸ ਦੀਆਂ ਉਹਦੇ ਵਿੱਚ 4 ਬੱਚੇ ਮੇਰੇ ਪਿੰਡ ਭਟਾਲ ਕਲਾਂ ਦੇ ਔਰ ਮੇਰੇ ਸਟੂਡੈਂਟ ਅੱਜ ਕਿਵੇਂ ਲੱਗ ਰਿਹਾ ਜਦੋਂ ਇਹ ਗੱਲ ਦਾ ਪਤਾ ਲੱਗਿਆ ਵੀ ਬੱਚੀ ਆਪਣੇ ਸਕੂਲ ਦੀ ਬੜੀ ਖੁਸ਼ੀ ਹੋਈ ਜੀ ਬਹੁਤ ਬੜਾ ਮੇਰਾ ਨਾਮ ਅਰੁਣ ਗਰਗੇ ਜੀ ਅਰੁਣ ਗਰਗੇ ਜੀ ਕਿਵੇਂ ਲੱਗ ਰਿਹਾ ਆਪਣੇ ਇਲਾਕੇ ਦੀ ਜਿਹੜੀ ਬੱਚੀ ਹੈ ਤੀਜੇ ਪੋਜੀਸ਼ਨ 'ਤੇ ਆਈ ਹੈ ਪੂਰੇ ਪੰਜਾਬ 'ਚ 10ਵੀਂ ਕਲਾਸ 'ਚ ਕਿਵੇਂ ਲੱਗ ਰਿਹਾ ਬਹੁਤ ਖੁਸ਼ੀ ਵਾਲਾ ਮਾਹੌਲ ਹੈ ਜੀ ਇਸ ਏਰੀਏ ਨੂੰ ਪੰਜਾਬ ਦੇ ਵਿੱਚ ਬੈਕਵਰਡ ਏਰੀਏ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਇਸ ਬੱਚੀ ਨੇ ਆਪਣੀ ਮਿਹਨਤ ਨਾਲ ਐਡਵਰਸ ਕੰਡੀਸ਼ਨ ਦੇ ਵਿੱਚ ਪੜ੍ਹ ਕੇ ਇਹ ਸਿੱਧ ਕਰਤਾ ਵੀ ਕਦੇ ਵੀ ਪੜ੍ਹਨ ਵਾਲੇ ਵਿਦਿਆਰਥੀ ਦੇ ਅੱਗੇ ਜਿਹੜੀਆਂ ਔਂਕੜਾਂ ਨੇ ਉਹ ਉਹਦਾ ਸਾਥ ਦਿੰਦੀਆਂ ਨੇ ਨਾ ਕਿ ਉਹਨੂੰ ਕੋਈ ਰੁਕਾਵਟ ਪੈਦਾ ਕਰਦੀਆਂ ਨੇ ਅੱਜ ਤੁਸੀਂ ਇੱਥੇ ਪਹੁੰਚੇ ਬੱਚੇ ਨੂੰ ਸਨਮਾਨ ਕਰਨ ਵਾਸਤੇ ਜੀ ਹਾਂਜੀ ਅਸੀਂ ਅੱਜ ਗ੍ਰੀਨ ਸੈਨਿਕ ਮੁਹਿੰਮ ਵੱਲੋਂ ਇਸ ਬੇਟੀ ਦਾ ਸਨਮਾਨ ਕੀਤਾ ਔਰ ਇਸ ਬੇਟੀ ਨੂੰ ਰਿਕੁਐਸਟ ਕੀਤੀ ਹੈ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਆਪਣੇ ਲਈ ਵਾਤਾਵਰਨਿਕ ਪ੍ਰਦੂਸ਼ਣ ਜਾਂ ਹੋਰ ਸਮੱਸਿਆਵਾਂ ਨੇ ਉਹਨਾਂ ਲਈ ਵੀ ਥੋੜ੍ਹਾ ਜਿਹਾ ਪੜ੍ਹਾਈ ਦੇ ਨਾਲ ਨਾਲ ਕੰਮ ਕਰੋ ਕਿੱਦਾਂ ਲੱਗ ਰਿਹਾ ਸਰ ਅੱਜ ਪੂਰੇ ਹਲਕੇ ਦਾ ਜ਼ਿਲ੍ਹਾ ਸੰਗਰੂਰ ਦਾ ਸਾਡੇ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਜਿਵੇਂ ਅੱਜ ਕਈ ਰੂੜੀਵਾਦੀ ਸੋਚ ਹੁੰਦੀ ਹੈ ਵੀ ਬੱਚਿਆਂ ਨੂੰ ਜਨਮ ਦੇਣ ਤੋਂ ਜਾਂ ਆਪਾਂ ਦੇਖਦੇ ਹਾਂ ਵੀ ਲਿੰਗ ਅਨੁਪਾਤ ਥੋੜ੍ਹਾ ਜਿਹਾ ਡਿਸਟਰਬ ਸੀ ਇੰਡੀਆ ਦਾ ਪਰੰਤੂ ਜਦੋਂ ਇਸ ਤਰ੍ਹਾਂ ਦੇ ਬੱਚੇ ਅੱਗੇ ਆਉਂਦੇ ਨੇ ਤਾਂ ਇਸ ਨਾਲ ਸਾਰੇ ਸਮਾਜ ਨੂੰ ਸੇਧ ਮਿਲਦੀ ਹੈ ਔਰ ਪਰਮਾਤਮਾ ਇਸ ਬੱਚੀ 'ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਔਰ ਜੋ ਇਸ ਬੱਚੀ ਦਾ ਸੁਪਨਾ ਡਾਕਟਰ ਬਣਨ ਦਾ ਹੈ ਪਰਮਾਤਮਾ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ